ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਨੇ? ਮੇਰੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡਾ ਭਰਾ ਵੀ ਬਿਲਕੁਲ ਠੀਕ ਆ। ਤੇ ਯਾਰ ਅੱਜ ਕੀ ਹੋਇਆ, ਅੱਜ ਆਪਣੇ ਨਾਲ ਨਾ ਯਾਰ ਬਹੁਤ ਮਾੜੀ ਹੋਈ ਆ। ਮਾੜੀ ਕਿਵੇਂ ਹੋਈ ਆ ਯਾਰ, ਸੁਬਹਾ ਮੈਂ ਗਿਆ ਹੋਇਆ ਸੀਗਾ ਕੰਮ ਤੇ ਕੰਮ ਤੋਂ ਜਾ ਕੇ ਯਾਰ ਤੁਹਾਡਾ ਭਰਾ ਘਰੇ ਆਇਆ ਤੇ ਘਰੇ ਆ ਕੇ ਵੇਖਿਆ ਤੇ ਲੈਟ ਹੈ ਨੀ, ਤੇ ਹੁਣ ਲੈਟ ਹੈ ਨੀ ਤੇ ਤੁਹਾਡੇ ਭਰਾ ਦਾ ਫੋਨ ਕਿੱਦਾਂ ਚਾਰਜ ਹੋਊਗਾ ਯਾਰ? ਤੇ ਫੋਨ ਨੀ ਚਾਰਜ ਹੋਣਾ ਤੇ ਉਹ ਵਿਚਾਰੇ ਮੈਂ ਤੁਹਾਨੂੰ ਕਹਿਣਾ ਖੰਬੇ ਤੇ ਚੜੇ ਹੋਏ ਆ ਵਿਚਾਰੇ, ਤਾਰਾਂ ਸਹੀ ਕਰਨ ਡਿਆ ਤੇ ਸਵੇਰ ਦਾ ਬੈਟਰਾ ਆਪਣਾ ਵੀ ਡਾਊਨ ਹੋ ਗਿਆ ਤੇ ਹੁਣ ਵਿਚਾਰਾ ਕੀ ਕਰੇ ਤੇ ਠੰਡਾ ਪਾਣੀ ਬੰਦਾ ਕੀ ਕਰੇ, ਪੀ ਮਰੇ। ਇਹੀ ਆ ਨਾ, ਉਹੀ ਹੁਣ ਤੁਹਾਡੇ ਹੋਇਆ ਤੁਹਾਡੇ ਭਰਾ ਦੇ ਨਾਲ, ਤੇ ਭਰਾ ਦੇ ਨਾਲ ਹੋਇਆ ਤੇ ਹੁਣ ਕੀ ਕਰਦੇ ਜਾ ਕੇ ਵੇਖਦੇ ਆ ਵਿਚਾਰੇ। ਅੱਜ ਲੈਟ ਆ ਜੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਜੇ ਲੈਟ ਆ ਗਈ ਨਾ ਤਾਂ ਨਜ਼ਾਰਾ ਆ ਜਾਣਾ। ਫਿਰ ਆਪਾਂ ਮੰਮੀ ਹੁਣਾਂ ਨਾਲ ਇੱਕ ਬਣਾ ਦੇਣਾ ਧਾਸੂ ਜਿਹਾ ਵਲੋਗ ਤੇ ਧਾਸੂ ਜਿਹਾ ਵਲੋਗ ਬਣਾ ਕੇ ਆਪਾਂ ਤੁਹਾਨੂੰ ਕਰਾਂਗੇ ਇੰਟਰਟੇਨਮੈਂਟ। ਤੇ ਚਲੋ ਹੁਣ ਜਾ ਕੇ ਵੇਖਦੇ ਆ ਵੀ ਯਾਰ ਲੈਟ ਆ ਜੇ, ਹੈ ਨਾ? ਤੇ ਲੈਟ ਆਉਂਦੀ ਹੈ ਤੇ ਫਿਰ ਆਪਾਂ ਤੁਹਾਨੂੰ ਤੁਹਾਡੇ ਨਾਲ ਮਿਲਦੇ ਹਾਂ। ਜਿਹੜੀਆਂ ਕਿ ਟਰਾਂਸਫਾਰਮ ਦੀਆਂ ਤਾਰਾਂ ਨਵੀਆਂ ਪੈ ਰਹੀਆਂ ਉਹਦੇ ਕਰਕੇ ਅੱਜ ਜਿਹੜੀ ਲਾਈਟ ਨਹੀਂ ਆਈ ਤੇ ਇਨਵਰਟਰ ਵੀ ਡਾਊਨ ਹੋ ਗਿਆ ਤੇ ਬੈ ਚਾਰਜ ਕੁਛ ਨਹੀਂ ਹੈਗਾ ਤੇ ਉਹਦੇ ਕਰਕੇ ਵੀਡੀਓ ਬਣਾਈ ਨਹੀਂ ਜਾ ਰਹੀ, ਤੇ ਤਾਂ ਕਰਕੇ ਅੱਜ ਜਿਹੜਾ ਵੀਡੀਓ ਦਾ ਡਿਲੇ ਹੋਊਗਾ ਤੇ ਕੱਲ ਨੂੰ ਵੀਡੀਓ ਆਊਗੀ। ਤੇ ਭਰਾ ਨੂੰ ਪੁੱਛਿਆ ਮੈਂ ਕਿਹਾ ਵੀ ਲੈਟ ਕਦੋਂ ਕੁ ਆਊਗੀ, ਕਹਿੰਦਾ ਬਾਅਦ ਕਰਤਾ ਫਿੱਟ। ਤੇ ਲੈ ਮਿੱਤਰੋ, ਵਾਹਿਗੁਰੂ ਦੀ ਕਿਰਪਾ ਹੋ ਗਈ ਹੁਣ ਆਪਣੇ ਤੇ ਹੁਣ ਤਾਂ ਕਹਿੰਦੇ ਆ ਵੀ ਅੱਜ ਤਾਂ ਵੀਡੀਓ ਆਊਗੀ ਆਊਗੀ। ਤੇ ਬੈਟਰੀ ਮੇਰੀ ਜਮਾਂ 3% ਹੀ ਆ, ਹੈ ਨਾ? ਤੇ ਆਹ ਵੇਖੋ ਤੁਮ ਹੁਣ, ਤੇ ਹੁਣ ਬਾਪਾ ਚਾਰਜ ਲਾ ਲਈਏ। 15 ਮਿੰਟ ਲੇਟਰ ਤਾਂ ਮੇਰੇ ਵੀਰਿਓ ਲਾਈਟ ਆ ਗਈ ਹੈ। ਤੇ ਸਤਿ ਸ਼੍ਰੀ ਅਕਾਲ ਬੁਲਾ ਦਿਓ। ਸਤਿ ਸ਼੍ਰੀ ਅਕਾਲ ਜੀ। ਮੰਮੀ ਤੈਨੂੰ ਪਤਾ ਥੱਲੇ ਜਿਵੇਂ ਲਾਈਟ ਤਾਰਿਆਂ ਲਾਈ ਜਾਂਦੇ ਸੀਗੇ ਤੇ ਅੱਗੇ ਨਾ ਜਿਵੇਂ ਕਹਿੰਦੇ ਹੁੰਦੇ ਸੀ ਨਾ ਸੋਜਾ ਗੱਬਰ ਨਹੀਂ ਤੇ ਨਹੀਂ ਉਹ, ਹੈ ਨਾ, ਆਪਣੇ ਸੋਜਾ ਬੇਟਾ ਨਹੀਂ ਤਾਂ ਗੱਬਰ ਆਜੂਗਾ। ਹੁਣ ਤੁਹਾਨੂੰ ਪਤਾ ਅੱਜ ਤੋਂ ਥੋੜੇ ਟਾਈਮ ਪਹਿਲਾਂ ਨਾ ਜੈਜੀ ਵੀ ਨੇ ਨਵਾਂ ਨਵਾਂ ਫੈਸ਼ਨ ਚਲਾਇਆ ਸੀਗਾ ਤੇ ਮੇਰੇ ਨਾ ਦਿਮਾਗ 'ਚ ਆ ਜਾਂਦਾ ਵਾਲ ਵਾਲ ਨਹੀਂ ਇੱਕੋਦਮ ਉੱਤੇ ਖੜੇ ਜਿਹੇ ਕਰਦੇ ਹੁੰਦੇ ਸੀ ਤਾਂ ਮੇਰੇ ਦਿਮਾਗ 'ਚ ਇਹ ਚੀਜ਼ ਆਈ ਜਾਂਦਾ, ਮੈਂ ਕਿਹਾ ਜੇ ਬਾਈ ਨੇ ਕਿਤੇ ਤਾਰ ਨੂੰ ਹੱਥ ਲਾ ਲਿਆ ਨਾ ਤਾਂ ਜੈਜੀ ਵੀ ਵਾਂਗੂ ਨਾ ਸਿੱਧਾ ਵਾਲ ਖੜੇ ਹੋ ਜਾਣਗੇ। ਉਦੋਂ ਪਹਿਲਾਂ ਜਦੋਂ ਨਵੇਂ ਵਾਲ ਖੜੇ ਕੀਤੇ ਸੀ ਨਾ ਅਸੀਂ ਵੀ ਤਾਂ ਉਦੋਂ ਸਾਰਿਆਂ ਨੂੰ ਕਹਿੰਦੇ ਫਿਰ ਜੈਜੀ ਵੀ ਨੇ ਉਹ ਚਲਾਇਆ ਆਪਣੇ ਫੈਸ਼ਨ ਚਲਾਇਆ ਵਾਲ ਖੜੇ ਕਰਨ ਨਾਲ, ਐਂ ਹੁੰਦਾ ਸੀ ਨਾ, ਐਂ ਹੁੰਦਾ ਸੀ ਨਾ। ਉਦੋਂ ਦਾ ਨਵਾਂ ਨਵਾਂ ਗਾਣਾ ਵੀ ਆਇਆ ਸੀ, ਰੋਮੀਓ ਬਣਾ ਕੇ ਮੁੰਡੇ ਰੱਖਤੇ ਰੱਖਤੇ, ਰੋਮੀਓ ਬਣਾ ਕੇ ਮੁੰਡੇ ਰੱਜ ਲਾ, ਰੋਮੀਓ ਬਣਾ ਕੇ ਮੁੰਡੇ ਰੱਖਦੇ ਰੱਖਦੇ। ਮੰਮੀ ਕੀ ਆ ਜਿਹੜੇ ਤਿਆਰ ਨੀ ਹੋਏ, ਕਿਉਂਕਿ ਤੁਹਾਨੂੰ ਪਤਾ ਯਾਰ ਘਰੇ ਤਾਂ ਐਵੇਂ ਬੰਦਾ ਬਣ ਕੇ ਰਹਿੰਦਾ, ਹਨਾ, ਉਹ ਵੀ ਨਾਲੇ ਸਪੈਸ਼ਲ ਲੋਕਡਾਊਨ ਦੇ ਵਿੱਚ। ਤੇ ਚਲੋ ਇੱਧਰ ਵੱਜ ਰਹੀ ਆ ਸੀਟੀ ਤੇ ਸੀਟੀ, ਸੀਟੀ ਤੇ ਸੀਟੀ, ਓਏ ਸੀਟੀ ਤੇ ਸੀਟੀ, ਤੇ ਚਲੋ ਤੇ ਚਲੋ ਸੀਟੀ ਤੇ ਸੀਟੀ ਵੱਜ ਰਹੀ ਆ ਤੇ ਮੌਸਮ ਤੁਹਾਨੂੰ ਵਿਖਾਵਾਂ। ਇੰਨਾ ਕੁ ਰੋਮੈਂਟਿਕ ਹੋਇਆ ਪਿਆ ਨਾ, ਇੰਨਾ ਕੁ ਸੁਹਾਣਾ ਹੋਇਆ ਨਾ, ਤੁਸੀਂ ਗੱਲਾਂ ਛੱਡ। ਕਿਆ ਪਿਆਰਾ ਮੌਸਮ ਹੋਇਆ ਪਿਆ, ਕਿੰਨਾ ਪਿਆਰਾ ਮੌਸਮ ਹੋਇਆ ਪਿਆ, ਹਵਾ ਚੱਲਦੀ ਪਈ ਆ ਜਿਹੜੀ, ਕਿਆ ਲਾਜਵਾਬ। ਹਾਂ ਸੱਚ ਤੁਹਾਨੂੰ ਮੈਂ, ਤੁਸੀਂ ਮੇਰੀ ਮਾਤਾ ਦੀ ਕਾਰਾਗਿਰੀ ਵੇਖੋ, ਤੁਹਾਨੂੰ ਮੈਂ ਵਿਖਾਉਣਾ ਬੂਟਿਆਂ ਦੇ ਵਿੱਚ, ਸੋਰੀ ਗਮਲਿਆਂ ਦੇ ਵਿੱਚ ਅਸੀਂ ਉਹ ਲਾਏ ਹੋਏ ਆ ਤੇ 2-3 ਮਰਚਾਂ ਵੀ ਹੋਈਆਂ ਪਈਆਂ ਤੇ ਮੰਮੀ ਨੂੰ ਪੁੱਛਦੇ ਵੀ ਆ ਕਿਹੜਾ ਕਿਹੜਾ ਬੂਟਾ ਕਹਿੰਦਾ ਕਹਿੰਦਾ। ਤੇ ਚਲੋ ਅੱਜ ਤੇ ਆਹ ਮੇਰੇ ਵੀਰਿਓ ਸਾਡੀ ਆਪਣੀ ਫੁੱਲਵਾੜੀ ਆ, ਇਹਨੂੰ ਵੇਖਿਓ 2 ਮਰਚਾਂ ਲੱਗੀਆਂ ਹੋਈਆਂ ਲਾਲ, ਆਹ ਵੇਖੋ ਇਹਨੂੰ 2 ਮਰਚਾਂ ਲੱਗੀਆਂ ਹੋਈਆਂ ਲਾਲ, ਆ ਵੇਖਿਓ ਇਹ ਨਹੀਂ ਕਿਤੇ ਗੂੰਦ ਨਾਲ ਚਿਪਕੀਆਂ ਹੋਈਆਂ, ਸਹੀ 'ਚ ਲੱਗੀਆਂ ਹੋਈਆਂ ਵੇਖਿਓ। ਤੇ ਆਹ ਵੇਖਿਓ ਆਹ ਸਾਡੇ ਬੂਟੇ ਆ, ਕਿਹੜਾ ਕਿਹੜਾ ਬੂਟਾ ਕਹਿੰਦਾ ਕਹਿੰਦਾ ਹੈ। ਇੱਕ ਤਾਂ ਸਾਡੇ ਨਾ ਜਿਹੜਾ ਇੱਕ ਚੂਹੇ ਆ, ਹਾਂ, ਲੋਕੀ ਕਹਿੰਦੇ ਨੇ ਤੀਜੀ ਮੰਜ਼ਿਲ ਤੇ ਚੂਹੇ ਨਹੀਂ ਚੜਦੇ, ਹਾਂ, ਹੈਨਾ, ਹਾਂ, ਪਰ ਸਾਡੇ ਤੀਜੀ ਮੰਜ਼ਿਲ ਤੇ ਆ ਕੇ ਚੂਹੇ ਜਿਹੜਾ ਸਾਡੇ ਦਾ ਬੂਟਾ ਬਹੁਤ ਖਰਾਬ ਹੋਇਆ। ਅੱਛਾ, ਥੋੜਾ ਉੱਚੀ ਬੋਲਿਆ ਜੇ ਹੈ, ਆ ਕਾਹਦਾ ਬੂਟਾ? ਇਹ ਬੂਟੇ ਤਾਂ ਸੀਗੇ ਮਿਰਚਾਂ ਦੇ, ਅੱਛਾ, ਦੇਖਣ ਨੂੰ ਇਹਦੀ ਕੋਈ ਸ਼ਕਲ ਵੀ ਨਹੀਂ, ਬੂਟਾ ਵੀਰੇ ਬਿਨ ਸ਼ਕਲ ਵਾਲਾ ਬੂਟਾ ਹੋਇਆ ਪਿਆ ਜੇ, ਇਹਦਾ ਕੋਈ ਬੂਟਾ ਹੈ ਮਿਰਚਾਂ ਦਾ, ਅੱਛਾ, ਠੀਕ ਹੈ, ਪਰ ਜਿਹੜੇ ਸਾਡੇ ਕੋਲ ਚੂਹੇ ਗਿੱਜੇ ਹੋਏ ਨੇ ਨਾ ਅਸੀਂ ਪਾਲੇ ਹੋਏ ਜੇ ਚੂਹੇ ਤੇ ਉਹਨਾਂ ਨੇ ਸਾਰਾ ਰੋਟੇ ਕਰਤੇ ਕਿ ਬਿਨਾ ਰੋਡਾ, ਮਤਲਬ ਇਹ ਹੈ ਮਰਚਾਂ ਦਾ ਬੂਟਾ, ਇਹ ਰੋਡਾ, ਇਹਦਾ ਨਾਮ ਮਿੱਤਰੋ ਰੋਡਾ ਬੂਟਾ, ਰੋਡਾ
बैंगनी है मेरे वीरे लम्मी बैंगनी है जेडी नाले कौन कहंदा आखे गमलियां दे विच हुंदे नहीं आ वेखो मेरे वीरे गमलियां च होए पे आ उस तो बाद तुसी अग्गे आ जाओ ऐ करो तू अग्गे चले जा अच्छा आहा ए गोल बैंगनी ए गोल जेडी छोटी हुंदी है डिक गोल वड्डी भी हो जांदी छोटी भी हो जांदी चीचू बैंगनी जिनू कहंदे चीचू बैंगनी अच्छा ए हां उस तो बाद आहा आ गए चिट्टे बताऊं चिट्टे बताऊं आहा चिट्टे बताऊं मेरे वीरे ओ हां चिट्टे बताऊंगा दी पनीरी आ गई अपनेरी आ गई अच्छा आ तो अपन पता ही एलोवेरा एलोवेरा हाँ एडा को गया ये हैगा एक मतलब जिवे शौकिया तौर ते जिवे घा बूटा कह लेने आपा हां आ शौकिया तौर ते है ना ते आहा ओ मिर्चा दा बूटा ए भी फेर मिर्चा दा आ गया फुल लगी जांदे ने किथे आ मिर्ची चल रखी आ वेखियो ए आ मिर्च लगी जांदे मेरे वीरे ओ किधर गई आ आ रे आ रे आ वेखो एक मिनट आ वेखो फुल लगे होए ने मनी प्लांट आ गया केली दा आ गया केली दा बूटा कुबेर कुबेर केसरी कुबेर बूटा बोल रहे एनु कुबेर बूटा कहंदे आ दोस्तो वेख्यो किड्डा सोहना बूटा है ते आ बूटे दा मेनू पता नहीं वैसे एनु फुल लगदे ने गुलाबी रंग दे अच्छा एनु हां एनु आ वीरे जे थोनू भी किसे नु पता ता मेनू कमेंट करके दस्यो आ फेर एलोवेरा आ गया है ना ए टमाटरां दा बूटा आ टमाटरां दा बूटा साडा फुल आए होए आ वेख्यो ते हुण एनु बस ओ लग जाना फल लग जाना वा साडी जेड़ी हैगी दोपहर खिड़ी आ सारे सारी दोपहर खिड़ी है किल गड के इथे नाल ही एनू रस्सियां पा के ना इदा करके ते एनू ना गमलिया नू शेप करके ते जगह घट दा करके ना वेखो एडी लाते मैं थोनू दूरों विखाउणा दूरों किड्डे सोहणे लगदे आ वेखो किड्डे ज्यादा सोहने लगते पे दूरों है ना वेखियो आ वेखो हाँ स्टैंड रखने ज्यादा जगह ओथे आपां मतलब इन्ने क बूटे ला दांगे इत्थे ना जगह थोड़ी जी घट आ उहदे करके है ना जिहड़ा सानू इन्ने क मतलब जगह दे विच ही लाउणे पए आ ते पर बाकी मम्मी नूं बहुत ज्यादा शौक आ बहुत ज्यादा शौक आ ते इहदे विच मम्मी ने अज नवां बीन्स लाया ओह जदों हो गया ना मैं फुल थोनों विखाऊंगा ते हवा दा करके मेरी आवाज पता नहीं किदां दी आ रही कि नहीं रहा इस करके मैं उच्ची बोल रहा वा मौसम बहुत सोहना होया पिया इसका सारा श्रेय जांदा मेरी मम्मी नूं कहिंदे हुंदे सी ना कि लै शहर वालिआं नूं किहड़ा ओह करनी आउंदी आ हैना इक चीज होर आ मैं ना उपर छत दे उत्ते वी बीज के आई होई आ हाँ थोड़ मैं छत उला भी विखाऊंगा अल्ला लौकी जी है वह भी एडिडिया हो छोटी छोटी दो इंच दया मतलब वह भी लगे हुए ने तोरिया भी लगिया पे उ पहाड़ी मिर्चा भी लाइया ने जिड़िया शिमला मिर्ची बोलते हैं जरूर वीडियो वेखो ठीक है खुश हो जाते हैं